ਜੇ ਅਸੀਂ ਡਰ ਦਾ ਮਾਹੌਲ ਕਹੀਏ ਤਾਂ ਮੈਨੂੰ ਲੱਗਦਾ ਕਿ ਬੀਜੇਪੀ ਜਿੰਨਾ ਡਰ ਦਾ ਮਾਹੌਲ ਫੈਲਾਉਂਦੀ ਹੈ, ਚਾਹੇ ਜਿਹੜੀਆਂ ਮਰਜ਼ੀ ਸਟੇਟਸ ਦੇਖ ਲਓ, ਕਦੇ ਮੁਸਲਮਾਨਾਂ ਦੇ ਐਂਟੀ ਬੋਲ ਕੇ ਮੁਸਲਮਾਨਾਂ ਨੂੰ ਦੁਸ਼ਮਣ ਕਹਿ ਦਿੰਦੀ ਹੈ, ਕਦੇ ਹੋਰ ਕਿਸੇ ਧਰਮ ਦੇ ਨਾਂ 'ਤੇ ਜਿਹੜੀ ਰਾਜਨੀਤੀ ਕਰਦੀ ਹੈ, ਉਸ ਤੋਂ ਵੱਧ ਕੋਈ ਡਰ ਦਾ ਮਾਹੌਲ ਕ੍ਰੀਏਟ ਨਹੀਂ ਕਰ ਸਕਦਾ। ਸੋ ਇਹ ਇੱਕ ਬੀਜੇਪੀ ਦਾ ਫੈਲਾਇਆ ਹੋਇਆ ਜਾਲ ਹੈ ਕਿ ਪੰਜਾਬ 'ਚ ਡਰ ਦਾ ਮਾਹੌਲ ਹੈ, ਪੰਜਾਬ 'ਚ ਇਸ ਤਰ੍ਹਾਂ ਦਾ ਕੋਈ ਮਾਹੌਲ ਨਹੀਂ, ਲੋਕ ਬਹੁਤ ਖੁਸ਼ ਨੇ। ਹਜ਼ਾਰ ਹਜ਼ਾਰ ਰੁਪਏ ਦਾ ਜ਼ਿਕਰ ਅਕਸਰ ਚੱਲਦਾ ਕਿ ਕਦੋਂ 1000 ਰੁਪਏ ਮਿਲਣੇ ਆ, ਬੜੀ ਜਲਦੀ ਕਹਿੰਦੇ ਸੀ ਕਿ ਦੇ ਦਾਂਗੇ, 2 ਸਾਲ ਬੀਤ ਗਏ। ਜੇ ਮਾਨ ਸਾਹਿਬ ਬਿਜਲੀ ਫ੍ਰੀ ਕਰ ਸਕਦੇ ਆ, ਜੇ ਮਾਨ ਸਾਹਿਬ ਸਕੂਲਾਂ ਨੂੰ ਜੇ ਹਸਪਤਾਲਾਂ ਨੂੰ ਅਪਗ੍ਰੇਡ ਕਰ ਸਕਦੇ ਤਾਂ ਕੋਈ ਵੱਡੀ ਗੱਲ ਨਹੀਂ। ਪਾਰਟੀ ਨੇ 13-0 ਦਾ ਨਾਰਾ ਦਿੱਤਾ ਅਤੇ ਭਗਵੰਤ ਮਾਨ ਜਗ੍ਹਾ ਜਗ੍ਹਾ ਜਾ ਕੇ ਰੋਡ ਸ਼ੋਅ ਕਰ ਰਹੇ ਆ, ਰੈਲੀਆਂ ਕਰ ਰਹੇ ਹੈਗੇ ਆ, ਅਤੇ ਅੱਜ ਇਸੇ ਤਹਿਤ ਮਲੋੜ ਦੇ ਵਿੱਚ ਆਉਣਗੇ, ਜਿੱਥੋਂ ਮੌਜੂਦਾ ਵਿਧਾਇਕ ਬਲਜੀਤ ਕੌਰ ਨੇ ਅਤੇ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਵੀ ਨੇ ਇਸ ਵਕਤ ਸਾਡੇ ਨਾਲ ਮੌਜੂਦਾ। ਗੱਲਬਾਤ ਕਰਾਂਗੇ ਕਿ ਆਖਿਰਕਾਰ ਕਿਸ ਤਰ੍ਹਾਂ ਦੇ ਹਾਲਾਤ ਆ, ਜ਼ਮੀਨੀ ਹਕੀਕਤ ਆਮ ਆਦਮੀ ਪਾਰਟੀ ਦੀ ਮਲੋੜ ਦੇ ਵਿੱਚ ਕਿਹੋ ਜਿਹੀ ਹੈ ਅਤੇ ਕਿਸ ਤਰ੍ਹਾਂ ਦਾ ਉਹਨਾਂ ਦਾ ਪ੍ਰਚਾਰ ਚੱਲ ਰਿਹਾ। ਸਵਾਗਤ ਕਰ ਲੈਂਦੇ ਹਾਂ, ਮੈਂ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਮੁੱਖ ਮੰਤਰੀ ਆ ਰਹੇ ਪੰਜਾਬ 'ਚ, ਪੰਜਾਬ ਦੇ ਅੱਜ ਮਲੋੜ 'ਚ, ਹਾਂਜੀ ਕੀ ਹਾਲਾਤ ਹੈ, ਕੀ ਸਥਿਤੀ ਹੈ, ਮੁੱਖ ਮੰਤਰੀ ਨੂੰ ਕੀ ਦਿਖਾ ਰਹੇ ਹੋ ਅੱਜ ਮਲੋੜ 'ਚ? ਦੇਖੋ ਜੀ, ਜਦੋਂ ਦਾ ਸਾਨੂੰ ਪਤਾ ਲੱਗਾ ਕਿ CM ਸਾਹਿਬ ਮਲੋਟ ਦੇ ਵਿੱਚ ਰੋਡ ਸ਼ੋਅ ਕਰਨ ਆ ਰਹੇ ਨੇ, ਤਾਂ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਜੋਸ਼ ਪਾਇਆ ਜਾ ਰਿਹਾ, ਮਿਲਣ ਦੀ ਇੱਛਾ ਪਾਈ ਜਾ ਰਹੀ ਹੈ, ਮੈਨੂੰ ਬਹੁਤ ਜ਼ਿਆਦਾ ਫੋਨ ਕਾਲਸ ਆ ਰਹੀਆਂ, ਔਰ ਸਾਡੇ ਵਰਕਰ ਵੀ ਪੂਰੀ ਤਰ੍ਹਾਂ ਜੋਸ਼ 'ਚ ਨੇ ਕਿ ਅਸੀਂ CM ਸਾਹਿਬ ਦਾ ਸਵਾਗਤ ਕਰਨਾ। ਸੋ ਬਹੁਤ ਅੱਛਾ ਮਾਹੌਲ ਬਣਿਆ ਹੋਇਆ ਹੈ ਮਲੋਟ ਦੇ ਵਿੱਚ। ਜਗ੍ਹਾ ਜਗ੍ਹਾ ਜਾ ਰਹੇ ਹੋ, ਪ੍ਰਚਾਰ ਕਰ ਰਹੇ ਹੋ, ਰਿਸਪੋਂਸ ਕਿਹੋ ਜਿਹਾ, ਕੀ ਲੋਕ ਕਹਿ ਰਹੇ ਆ, ਕਿਹੋ ਜਿਹੀਆਂ ਗੱਲਾਂ ਕਰ ਰਹੇ ਆ? ਮੈਂ ਜਿੱਥੇ ਜਿੱਥੇ ਵੀ ਗਈ ਹਾਂ, ਕਿਉਂਕਿ ਆਮ ਆਦਮੀ ਪਾਰਟੀ ਦਾ ਸ਼ੁਰੂ ਤੋਂ ਹੀ ਏਜੰਡਾ ਰਿਹਾ ਕਿ ਅਸੀਂ ਕੰਮ ਕਰਾਂਗੇ ਅਤੇ ਵੋਟ ਮੰਗਾਂਗੇ। ਸੋ ਅਸੀਂ, ਮੈਂ ਆਪਣੇ ਹਲਕੇ 'ਚ ਕੀਤੇ ਹੋਏ ਕੰਮ ਜਾਂ ਮੈਂ ਸਰਕਾਰ ਦੁਆਰਾ ਜਿਹੜੇ ਪੂਰੇ ਪੰਜਾਬ 'ਚ ਕੀਤੇ ਹੋਏ ਕੰਮ ਉਹ ਲੈ ਕੇ ਲੋਕਾਂ ਕੋਲ ਜਾ ਰਹੀ ਹਾਂ, ਔਰ ਲੋਕ ਇਸ ਗੱਲ ਨੂੰ ਕਬੂਲ ਰਹੇ ਨੇ, ਔਰ ਬਹੁਤ ਸੋਹਣਾ ਹੁੰਗਾਰਾ ਮਲੋਟ 'ਚ ਜਿਹੜੇ ਜਿਹੜੇ ਪਿੰਡਾਂ 'ਚ ਗਈ ਹਾਂ, ਬਹੁਤ ਵਧੀਆ ਭਰਵਾਂ ਹੁੰਗਾਰਾ ਲੋਕਾਂ ਨੇ ਮੈਨੂੰ ਦਿੱਤਾ, ਔਰ ਸ਼ਹਿਰ ਦੇ ਵਿੱਚ ਵੀ ਕੱਲ੍ਹ ਅਸੀਂ ਡੋਰ ਟੂ ਡੋਰ ਬਾਜ਼ਾਰ ਦੇ ਵਿੱਚ ਕਰਕੇ ਆਏ ਹਾਂ, ਬਹੁਤ ਖੁਸ਼ੀ ਨਾਲ ਲੋਕਾਂ ਨੇ ਸਾਨੂੰ ਐਕਸੈਪਟ ਕੀਤਾ। ਸਰਕਾਰ ਨੇ ਆਪਣੇ ਪੱਧਰ ਉੱਪਰ ਜਿਹੜੇ ਸਰਕਾਰ ਨੇ ਕੰਮ ਕੀਤੇ ਹੁੰਦੇ ਉਹ ਗਿਣਾਉਣੇ ਹੁੰਦੇ ਆ, ਪਰ ਜਦੋਂ ਮੈਂਬਰ ਪਾਰਲੀਮੈਂਟ ਦਾ ਜ਼ਿਕਰ ਆਉਂਦਾ, ਕੇਂਦਰ ਤੋਂ ਕੀ ਕੁਝ ਲੈ ਕੇ ਆਉਂਗੇ, ਕੀ ਕੁਝ ਕਰ ਸਕਦੇ ਹੋ, ਉਹ ਕੀ ਦੱਸ ਰਹੇ ਲੋਕਾਂ ਨੂੰ, ਕਿਵੇਂ ਕਨਵਿੰਸ ਕਰ ਰਹੇ ਹੋ? ਬਹੁਤ ਕੁਛ ਹੈ ਜਿਹਦੇ ਕਰਕੇ ਸਾਡੇ ਪੰਜਾਬ ਦੇ ਕੰਮ ਰੁਕੇ ਹੋਏ ਨੇ, ਪੰਜਾਬ ਨੂੰ ਬਹੁਤ ਸਾਰੀਆਂ ਪੰਜਾਬ ਦੇ ਲੋਕਾਂ ਨੂੰ ਜੋ ਅਸੀਂ ਫੈਸਿਲਿਟੀਜ਼ ਦੇ ਸਕਦੇ ਸੀ ਪਹਿਲੇ 2 ਸਾਲਾਂ ਦੇ ਵਿੱਚ, ਉਹ ਨਹੀਂ ਦੇ ਪਾਏ ਕਿਉਂਕਿ ਕੇਂਦਰ ਸਰਕਾਰ ਦੀ ਕੋਈ ਕੋਆਪਰੇਸ਼ਨ ਨਹੀਂ ਸੀ ਉਹਦੇ 'ਚ। ਭਾਵੇਂ ਆਪਾਂ ਕਿਸੇ ਵੀ ਕੈਟਾਗਰੀ ਨੂੰ ਲੈ ਲਓ, ਭਾਵੇਂ ਗਰੀਬ ਵਰਗ ਲੈ ਲਓ, ਕਿਸਾਨ ਵਰਗ ਲੈ ਲਓ, ਮੱਧ ਵਰਗੀ ਪਰਿਵਾਰ ਲੈ ਲਓ, ਜਾਂ ਮੈਂ ਕਹਾਂ ਕਿ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਹਾਂ ਤਾਂ ਬਹੁਤੇ ਗਰੀਬ ਲੋਕ ਸਾਡੇ ਕੋਲ ਮੰਗ ਕਰਦੇ ਆ ਵੀ ਜੀ ਸਾਡੇ ਕੋਠੇ ਨਹੀਂ ਆਏ, ਆਵਾਸ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ। ਔਰ ਜਦੋਂ ਮੈਂ ਪਤਾ ਕਰਾਇਆ ਕਿ ਕਿਉਂ ਨਹੀਂ ਆਏ ਤਾਂ 2019 ਤੋਂ ਪੋਰਟਲ ਹੀ ਨਹੀਂ ਖੁੱਲ੍ਹਿਆ, ਤਾਂ 5 ਸਾਲ ਤੱਕ ਜੇ ਲੋਕ ਇਸੇ ਗੱਲ ਨੂੰ ਤਰਸ ਰਹੇ ਨੇ ਵੀ ਸਾਡਾ ਪੋਰਟਲ ਖੁੱਲੂਗਾ ਤਾਂ ਕਿਸੇ ਦਾ ਨਾਂ ਚੜੂਗਾ, ਅਤੇ ਉਹ ਸਾਰੀਆਂ ਚੀਜ਼ਾਂ ਪਾਰਲੀਮੈਂਟ 'ਚ ਜਾਣੀਆਂ ਚਾਹੀਦੀਆਂ ਸੀ ਜੋ ਕਿ ਨਹੀਂ ਗਈਆਂ, ਔਰ ਉਹਦੇ ਵਾਸਤੇ ਜ਼ਿੰਮੇਵਾਰ ਵੀ ਸਾਡੇ ਮੈਂਬਰ ਪਾਰਲੀਮੈਂਟ ਜੋ ਹੁਣ ਤੱਕ ਰਹੇ ਨੇ। ਜਾਂ ਅਸੀਂ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਕਰ ਲਈਏ ਜੋ ਕਿ ਪਿੰਡਾਂ ਦੇ ਵਿੱਚ ਬਹੁਤ ਵਿਕਾਸ ਕਰਨ ਦੇ ਕੰਮ ਆਉਂਦਾ ਪੈਸਾ, 8,000 ਕਰੋੜ ਤੋਂ ਉੱਪਰ ਉਹ ਰੁਕਿਆ ਪਿਆ, ਔਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਕੀਮਾਂ, ਗਰੀਬਾਂ ਨਾਲ ਸੰਬੰਧਿਤ ਸਕੀਮਾਂ ਜੋ ਸਰਕਾਰ ਨੇ ਇੱਕ ਤਰ੍ਹਾਂ ਨਾਲ ਪੰਜਾਬ ਲਈ ਬੈਨ ਲਗਾ ਰੱਖਿਆ, ਉਹ ਆਵਾਜ਼ ਅਸੀਂ ਪਾਰਲੀਮੈਂਟ 'ਚ ਜਾ ਕੇ ਉਠਾਵਾਂਗੇ। ਭਗਵੰਤ ਮਾਨ ਅਭੀ ਸਾਂਸਦ ਸੀਗੇ, ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ
ਕਿਸ ਤਰੀਕੇ ਨਾਲ, ਕਿਉਂਕਿ ਸਰਕਾਰ ਦੇ ਵਿੱਚ ਉਧਰੋਂ ਕੇਂਦਰ ਦੇ ਵਿੱਚ ਬੀਜੇਪੀ ਸਰਕਾਰ ਸੀ, ਲਗਾਤਾਰ ਟੱਕਰ ਹੋ ਰਹੀ ਹੈ, ਪਰ ਕੇਂਦਰ ਸਰਕਾਰ ਗੱਲ ਨਹੀਂ ਸੁਣਦੀ, ਕਿਵੇਂ ਲੋਕਾਂ ਨੂੰ ਕਨਵਿੰਸ ਕਰੂਗੀ ਕਿ ਅਸੀਂ ਜੇਕਰ MP ਬਣ ਕੇ ਜਾਂਦੇ ਹਾਂ ਤਾਂ ਉੱਥੋਂ ਆਹ ਫੰਡ ਵੀ ਲੈ ਆਵਾਂਗੇ, ਸਾਰੀਆਂ ਚੀਜ਼ਾਂ ਲੈ ਆਵਾਂਗੇ? ਦੇਖੋ ਜੀ, ਜੇ ਅਸੀਂ ਮਾਨ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਇਕੱਲੇ MP ਉਹ ਜੋ ਬੋਲਦੇ ਰਹੇ ਪਾਰਲੀਮੈਂਟ ਵਿੱਚ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੇ ਰਹੇ, ਉਹਦੇ ਵਿੱਚ ਉਹ ਕਾਫੀ ਹੱਦ ਤੱਕ ਕਾਮਯਾਬ ਵੀ ਹੁੰਦੇ ਰਹੇ, ਕਿਉਂਕਿ ਜੇ ਅਸੀਂ ਕੋਈ ਕਹਿ ਲਈਏ ਕਿ ਲੋਕਾਂ ਦੇ ਮੁੱਦਿਆਂ ਦੀ ਗੱਲ ਕੀਤੀ, ਜ਼ਮੀਨੀ ਪੱਧਰ ਦੀ ਗੱਲ ਕੀਤੀ, ਤਾਂ ਉਹ ਮਾਨ ਸਾਹਿਬ ਤੋਂ ਬਿਨਾਂ ਕਿਸੇ ਨੇ ਕੀਤੀ ਨਹੀਂ। ਔਰ BJP ਦਾ ਸ਼ੁਰੂ ਤੋਂ ਹੀ ਇਹ 10 ਸਾਲਾਂ ਦੇ ਵਿੱਚ ਰਿਕਾਰਡ ਰਿਹਾ ਕਿ ਕਾਰਪੋਰੇਟ ਘਰਾਣਿਆਂ ਨਾਲ ਜੁੜ ਕੇ ਉਹਨਾਂ ਨੂੰ ਲਾਭ ਪਹੁੰਚਾਉਣਾ। ਸੋ ਸਾਡੀ ਇਹੀ ਕੋਸ਼ਿਸ਼ ਹੈ ਕਿ ਜਿੰਨੇ ਵੱਧ ਤੋਂ ਵੱਧ ਮਾਨ ਸਾਹਿਬ ਦੀ ਅਗਵਾਈ ਵਿੱਚ ਕੰਮ ਕਰ ਰਹੇ ਲੋਕ, ਮਾਨ ਸਾਹਿਬ ਦੀ ਦੇਖ ਰੇਖ ਅੰਡਰ ਜਿਹੜੇ ਪਾਰਲੀਮੈਂਟ ਵਿੱਚ ਜਾਣਗੇ ਸਾਡੇ 13 MP, ਤਾਂ ਹੀ ਸਾਡਾ ਜ਼ੋਰ ਲੱਗਿਆ ਹੋਇਆ ਕਿ ਜੇ ਸਾਡੇ 13 ਦੇ 13 MP ਜਾਣਗੇ ਤਾਂ ਉਹ ਭਗਵੰਤ ਮਾਨ ਦੀ ਆਵਾਜ਼ ਜਿਹੜੀ ਹੈ ਦੁਬਾਰਾ ਬੁਲੰਦ ਹੋਵੇਗੀ। ਸੋ ਇਹੀ ਲੋਕਾਂ ਨੂੰ ਅਸੀਂ ਮੈਸੇਜ ਦੇ ਰਹੇ ਹਾਂ। ਭਾਜਪਾ ਲਗਾਤਾਰ ਸਵਾਲ ਵੀ ਇਹ ਖੜ੍ਹੇ ਕਰਦੀ ਹੈ ਪੰਜਾਬ ਦੇ ਵਿੱਚ ਸੁਰੱਖਿਆ ਨੂੰ ਲੈ ਕੇ, ਕਿ ਜੇਕਰ ਸੁਰੱਖਿਆ ਚਾਹੀਦੀ ਹੈ ਸੂਬੇ ਨੂੰ ਤਾਂ ਜਿਹੜੀ ਕੇਂਦਰ ਦੇ ਵਿੱਚ ਸਰਕਾਰ ਭਾਜਪਾ ਦੀ, ਉਸਦੇ ਨਾਲ ਮਿਲਦੇ MP 2 ਤਾਂ ਸੁਰੱਖਿਆ ਦੇ ਵਿੱਚ ਵਾਧਾ ਹੋਊਗਾ ਇੱਥੇ, ਠੀਕ ਹੈ, ਜਿਹੜਾ ਡਰ ਦਾ ਮਾਹੌਲ ਹੈ ਉਹ ਅਸੀਂ ਦੂਰ ਕਰ ਦਾਂਗੇ, ਕੇਂਦਰ ਆਪਣੇ ਪ੍ਰੋਜੈਕਟ ਲੈ ਕੇ ਆਊਗੀ, ਵੱਡੇ ਪ੍ਰੋਜੈਕਟ ਹੋਣਗੇ, ਮਾਨ ਸਰਕਾਰ ਦੇ ਵਿੱਚ ਅਜਿਹਾ ਰਾਜ ਹੈਗਾ, ਉਹ ਕਹਿੰਦੇ ਆ ਕਿ ਡਰ ਦਾ ਮਾਹੌਲ ਬਣਿਆ, ਇੰਡਸਟਰੀ ਇੱਥੇ ਆ ਨਹੀਂ ਰਹੀ ਹੈਗੀ। ਦੇਖੋ ਜੀ, ਮਾਨ ਸਾਹਿਬ ਪਹਿਲੇ CM ਹੋਣਗੇ ਜਿਨ੍ਹਾਂ ਨੇ ਪੂਰਾ ਜ਼ੋਰ ਲਗਾਇਆ ਕਿ ਆਪਾਂ ਇੰਡਸਟਰੀ ਜਿਹੜੀ ਪੰਜਾਬ ਦੇ ਵਿੱਚ ਉਹਦੇ ਲਈ ਉਹਨੂੰ ਪ੍ਰਫੁੱਲਿਤ ਕਰਨ ਲਈ ਆਪਣੇ ਐਫਰਟਸ ਕੀਤੀਆਂ। ਔਰ ਜੇ ਅਸੀਂ ਡਰ ਦਾ ਮਾਹੌਲ ਕਹੀਏ ਤਾਂ ਮੈਨੂੰ ਲੱਗਦਾ ਕਿ BJP ਜਿੰਨਾ ਡਰ ਦਾ ਮਾਹੌਲ ਫੈਲਾਉਂਦੀ ਹੈ, ਚਾਹੇ ਜਿਹੜੀਆਂ ਮਰਜ਼ੀ ਸਟੇਟਸ ਦੇਖ ਲਓ, ਕਦੇ ਮੁਸਲਮਾਨਾਂ ਦੇ ਐਂਟੀ ਬੋਲ ਕੇ ਮੁਸਲਮਾਨਾਂ ਨੂੰ ਦੁਸ਼ਮਣ ਕਹਿ ਦਿੰਦੀ ਹੈ, ਕਦੇ ਹੋਰ ਕਿਸੇ ਧਰਮ ਦੇ ਨਾਂ 'ਤੇ ਜਿਹੜੀ ਰਾਜਨੀਤੀ ਕਰਦੀ ਹੈ, ਉਸ ਤੋਂ ਵੱਧ ਕੋਈ ਡਰ ਦਾ ਮਾਹੌਲ ਕ੍ਰੀਏਟ ਨਹੀਂ ਕਰ ਸਕਦਾ। ਸੋ ਇਹ ਇੱਕ BJP ਦਾ ਫੈਲਾਇਆ ਹੋਇਆ ਜਾਲ ਹੈ ਕਿ ਪੰਜਾਬ 'ਚ ਡਰ ਦਾ ਮਾਹੌਲ ਹੈ, ਪੰਜਾਬ 'ਚ ਇਸ ਤਰ੍ਹਾਂ ਦਾ ਕੋਈ ਮਾਹੌਲ ਨਹੀਂ, ਲੋਕ ਬਹੁਤ ਖੁਸ਼ ਨੇ। ਔਰ ਮਾਨ ਸਰਕਾਰ ਦੇ ਆਉਣ 'ਤੇ ਲੋਕਾਂ ਨੂੰ ਸਗੋਂ ਇੱਕ ਆਜ਼ਾਦ ਫਿਜ਼ਾ ਮਿਲੀ ਹੈ, ਜਿਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕੋਈ ਨਜਾਇਜ਼ ਪਰਚੇ ਨਹੀਂ, ਕੋਈ ਗੁੰਡਾਗਰਦੀ ਨਹੀਂ। ਸੋ ਸਾਰਾ ਜੋ ਅਕਾਲੀ ਦਲ ਵੇਲੇ ਚੱਲਦਾ ਸੀ ਉਹ ਸਾਰਾ ਕੁਝ ਖਤਮ। ਜਿਹੜੇ ਆਪਾਂ ਜਗ੍ਹਾ 'ਤੇ ਬੈਠੇ ਮਲੋੜ ਦੇ ਵਿੱਚ, ਇਹ ਫਿਰੋਜ਼ਪੁਰ ਲੋਕ ਸਭਾ ਦੇ ਵਿੱਚ ਆਉਂਦਾ, ਤਾਂ ਕੀ ਵਾਅਦੇ ਫਿਰੋਜ਼ਪੁਰ ਦੇ ਲੋਕਾਂ ਦੇ ਨਾਲ ਕੀਤੇ ਜਾ ਰਹੇ ਹੈਗੇ, ਕੀ ਕੁਝ ਆਉਣ ਵਾਲਾ ਜੇਕਰ MP ਇੱਥੋਂ ਚੁਣੇ ਜਾਂਦੇ ਆ ਤੁਹਾਡੇ ਨੁਮਾਇੰਦੇ? ਅਸੀਂ ਬਹੁਤ ਜ਼ਿਆਦਾ ਹਰ ਇੱਕ ਹਲਕੇ ਨਾਲ ਸੰਬੰਧਿਤ, ਮੈਂ ਕਹਾਂਗੀ ਕਿ ਮਾਨ ਸਾਹਿਬ ਨੇ ਹਰ ਇੱਕ ਹਲਕੇ ਨੂੰ ਕੁਛ ਨਾ ਕੁਛ ਜੋ ਲੰਬੇ ਸਮੇਂ ਤੋਂ ਉਹਨਾਂ ਦੀਆਂ ਡਿਮਾਂਡਸ ਰਹੀਆਂ ਉਹ ਦੇਣ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਮਲੋਟ ਦੀ ਗੱਲ ਕਰਾਂ ਤਾਂ ਮਲੋਟ ਮੁਕਤਸਰ ਰੋਡ 25 ਸਾਲਾਂ ਤੋਂ ਲੋਕ ਤਰਸਦੇ ਸੀ, ਔਰ ਉਹ ਸੜਕ ਨੂੰ ਪਹਿਲ ਦੇ ਆਧਾਰ 'ਤੇ, ਜਾਂ ਮਲੋਟ ਦੇ ਅੰਡਰ ਬ੍ਰਿਜ ਦੀ ਗੱਲ ਕਰੀਏ, ਉਹ ਅਸੀਂ ਸ਼ੁਰੂ ਕਰਾਉਣ ਜਾ ਰਹੇ ਹਾਂ। ਮਲੋਟ ਦੀ ਸੀਵਰੇਜ ਦੀ ਸਮੱਸਿਆ ਦੇ ਲਈ 35 ਕਰੋੜ ਫੰਡ ਦਿੱਤਾ, ਉਹ ਸ਼ੁਰੂ ਹੋ ਚੁੱਕਿਆ ਕੰਮ। ਸੋ ਅਸੀਂ ਲੋਕਾਂ ਨਾਲ ਜੁੜੇ ਹੋਏ ਮਸਲੇ ਜਿਹਦੇ 'ਚ ਲੋਕਾਂ ਦੀ ਜ਼ਿੰਦਗੀ ਨੂੰ ਕੁਛ ਰਾਹਤ ਮਿਲੇ, ਸਕੂਲ ਕਾਲਜ ਖੋਲ੍ਹਣੇ, ਔਰ ਇਸ ਤਰ੍ਹਾਂ ਦੇ ਮਸਲੇ ਜਿਹੜੇ ਉਹਨਾਂ ਨੂੰ ਹੱਲ ਕਰਨ ਲਈ ਸਟੈਪਸ ਅੱਗੇ ਚੱਕ ਰਹੇ ਹਾਂ। ਬਾਕੀ ਮਾਨ ਸਾਹਿਬ ਅੱਜ ਆ ਰਹੇ ਨੇ ਤਾਂ ਦੇਖਦੇ ਹਾਂ ਕਿ ਉਹ ਮਲੋਟ ਲਈ ਕੀ ਤੋਹਫ਼ਾ ਦੇ ਕੇ ਜਾਂਦੇ ਆ। ਬੜੇ ਲੋਕਾਂ ਦਾ ਸਵਾਲ ਮੇਰੇ ਤੋਂ ਹੁੰਦਾ, ਤੁਸੀਂ ਬਿਜਲੀ ਮੁਫ਼ਤ ਦਿੱਤੀ, ਮੁਹੱਲਾ ਕਲੀਨਿਕ ਖੋਲ੍ਹਣੇ ਸ਼ੁਰੂ ਕਰ ਦਿੱਤੇ, ਸਕੂਲਾਂ ਦੇ ਵਿੱਚ ਸੁਧਾਰ ਕਰ ਰਹੇ ਹੋ, ਪਰ ਜਿਹੜਾ ਤੁਹਾਡੇ ਕੋਲ ਡਿਪਾਰਟਮੈਂਟ ਹੈਗਾ ਔਰਤਾਂ ਦਾ, ਹਜ਼ਾਰ ਰੁਪਏ ਦਾ ਜ਼ਿਕਰ ਅਕਸਰ ਚੱਲਦਾ ਕਿ ਕਦੋਂ 1000 ਰੁਪਏ ਮਿਲਣੇ ਹੈ, ਬੜੀ ਜਲਦੀ ਕਹਿੰਦੇ ਸੀ ਕਿ ਦੇ ਦਾਂਗੇ, 2 ਸਾਲ ਬੀਤ ਗਏ, 26 ਮਹੀਨੇ ਬੀਤ ਗਏ, ਹਜੇ ਤੀਕਰ 1000 ਰੁਪਏ ਔਰਤਾਂ ਵੇਟ ਕਰ ਰਹੀ ਹੈ। ਮੈਂ ਜਗ੍ਹਾ ਜਗ੍ਹਾ ਜਾਂਦਾ ਡਿਬੇਟ ਕਰਦਾ, ਔਰਤਾਂ ਇਹੀ ਸਵਾਲ ਕਹਿੰਦੇ 1000 ਨਹੀਂ ਸਾਡੇ ਖਾਤੇ। ਹਾਂ, ਉਹ ਕਈ ਵਾਰੀ ਵਿਰੋਧੀ ਪਾਰਟੀਆਂ ਵੱਲੋਂ ਉਠਾਏ ਗਏ ਸਵਾਲ ਹੁੰਦੇ ਨੇ, ਬਾਕੀ ਸਾਡੇ ਕੋਲ 5 ਸਾਲ ਦਾ ਮੈਂਡੇਟ ਆ,
ਅਤੇ ਜੇ ਮਾਨ ਸਾਹਿਬ ਬਿਜਲੀ ਫਰੀ ਕਰ ਸਕਦੇ ਆ, ਜੇ ਮਾਨ ਸਾਹਿਬ ਸਕੂਲਾਂ ਨੂੰ ਜੇ ਹਸਪਤਾਲਾਂ ਨੂੰ ਅਪਗ੍ਰੇਡ ਕਰ ਸਕਦੇ ਤਾਂ ਕੋਈ ਵੱਡੀ ਗੱਲ ਨਹੀਂ। ਔਰ ਮਾਨ ਸਾਹਿਬ ਦਾ ਪੂਰਾ ਜ਼ੋਰ ਹੈ ਕਿ ਇਸ ਸਾਲ ਦੇ ਵਿੱਚ ਅਸੀਂ ਮਹਿਲਾਵਾਂ ਦੀ ਵੀ ਜਿਹੜੀ ਗਰੰਟੀ ਉਹ ਪੂਰੀ ਕਰ ਦੇਵਾਂਗੇ। ਸੋ ਬਹੁਤੀ ਦੇਰ ਨਹੀਂ ਲੱਗੇਗੀ ਇਸ ਗਰੰਟੀ ਨੂੰ ਪੂਰੀ ਕਰਦਿਆਂ। ਉਹ ਮਹਿਲਾਵਾਂ ਨੂੰ ਜੇ ਕੋਈ ਗਿਲਾ ਸ਼ਿਕਵਾ ਤਾਂ ਉਹ ਅਸੀਂ ਦੂਰ ਕਰ ਦੇਵਾਂਗੇ। ਬਜਟ ਬਾਰੇ ਐਲੋਕੇਸ਼ਨ ਬਾਰੇ ਸੋਚਿਆ ਕਿ ਕਿਸ ਤਰ੍ਹਾਂ ਬਜਟ ਹੋਊਗਾ, ਕਿਉਂਕਿ ਸਬਸਿਡੀ ਦਾ ਅੱਗੇ ਵੀ ਬਹੁਤ ਸਾਰਾ ਪ੍ਰੈਸ਼ਰ ਪੈਂਦਾ। ਤੁਸੀਂ ਹੁਣ ਇੱਕ ਸਾਲ ਦਾ ਜ਼ਿਕਰ ਕੀਤਾ ਕਿ ਇਸ ਸਾਲ ਦੇ ਵਿੱਚ ਕਰ ਦਿੱਤਾ ਜਾਵੇ, ਕਿ 2024 ਦੇ ਸਮਝੀਏ ਕਿ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਪੈਸੇ ਆਉਣੇ ਸ਼ੁਰੂ ਹੋ ਜਾਂਦੇ? ਦੇਖੋ ਜੀ, ਹਰ ਚੀਜ਼ ਬਜਟ ਤੋਂ ਧਿਆਨ 'ਚ ਰੱਖ ਕੇ ਕੀਤੀ ਜਾਂਦੀ ਹੈ। ਔਰ ਪਹਿਲਾਂ ਵੀ ਜਿਹੜੇ ਫੈਸਲੇ ਲਏ ਗਏ, ਚਾਹੇ ਉਹ ਹੈਲਥ ਦੇ ਸੰਬੰਧ 'ਚ ਹੈ, ਚਾਹੇ ਐਜੂਕੇਸ਼ਨ ਦੇ ਸੰਬੰਧ 'ਚ ਹੈ, ਬਹੁਤ ਸਾਰਾ ਬਜਟ ਉਹਦੇ 'ਚ ਇੰਪਲੀਮੈਂਟ ਕੀਤਾ ਜਾਂਦਾ। ਸੋ ਇਹ ਸਾਰਾ ਕੁਛ ਮੇਰੇ ਵੱਲੋਂ ਵੀ, ਕਿਉਂਕਿ ਮੇਰਾ ਡਿਪਾਰਟਮੈਂਟ ਹੈ, ਸੋ ਅਸੀਂ ਵੀ ਇਹ ਸਾਰਾ ਕੇਸ ਭੇਜ ਚੁੱਕੇ ਹਾਂ ਕਿ ਕਿੰਨਾ ਬਜਟ ਸਾਨੂੰ ਚਾਹੀਦਾ ਔਰ ਕਿਸ ਤਰ੍ਹਾਂ ਇਹ ਲਿਆਂਦਾ ਜਾਊਗਾ। ਬਾਕੀ ਸਾਨੂੰ ਮਜ਼ਬੂਤੀ ਉਦੋਂ ਜ਼ਿਆਦਾ ਮਿਲੇਗੀ ਜਦੋਂ ਸਾਡੇ ਮੈਂਬਰ ਪਾਰਲੀਮੈਂਟ ਦਿੱਲੀ ਵਿੱਚ ਜਾਣਗੇ, ਆਵਾਜ਼ ਉਠਾਉਣਗੇ, ਔਰ ਸਾਡੇ ਬਣਦੇ ਹੱਕ ਵੀ ਜਿਹੜੇ ਰੁਕੇ ਹੋਏ ਆ ਉਹ ਲੈ ਕੇ ਆਵਾਂਗੇ। ਸੋ ਕੋਈ ਗੱਲ ਨਹੀਂ, ਅਸੀਂ ਕਰ ਲਵਾਂਗੇ। ਮਤਲਬ ਹੁਣ ਕਿਉਂਕਿ ਪੰਜਾਬ ਦੀ ਪੂਰੀ ਔਰਤਾਂ ਨੇ ਸੁਣਨਾ, ਫਾਈਲਾਂ ਜਾ ਚੁੱਕੀਆਂ, ਬੜੀ ਐਕਸਾਈਟਮੈਂਟ ਹੁੰਦੀ ਉਹਨਾਂ ਨੂੰ, ਕਿਉਂਕਿ ਜਿਹੜਾ ਬਹੁਤ ਗਰੀਬ ਘਰੋਂ, ਉਹਨਾਂ ਦਾ ਸ਼ਾਇਦ ਰੋਟੀ ਟੋਕ ਮੁਸ਼ਕਲ ਦੇ ਨਾਲ ਚੱਲਦਾ, ਉਹਨਾਂ ਵਾਸਤੇ 1000 ਰੁਪਏ ਬਹੁਤ ਵੱਡੀ ਅਮਾਊਂਟ ਹੁੰਦੀ ਹੈ, ਕਿਉਂਕਿ ਖਰਚੇ ਕਈ ਨਿਕਲ ਜਾਂਦੇ ਹੈਗੇ ਆ। ਫਾਈਲਾਂ ਜਾ ਚੁੱਕੀਆਂ? ਬਿਲਕੁਲ ਜੀ, ਫਾਈਲਾਂ ਜਾ ਚੁੱਕੀਆਂ, ਕਿਉਂਕਿ ਜਿਹੜੀ ਵੀ ਗਰੰਟੀ ਮਾਨ ਸਾਹਿਬ ਨੇ ਦਿੱਤੀ ਹੈ ਉਹਦੇ ਲਈ ਅਸੀਂ ਪੂਰੀ ਤਰ੍ਹਾਂ ਹੋਮਵਰਕ ਕੀਤਾ, ਔਰ ਇਹਦੇ 'ਚ ਕੋਈ ਪਿੱਛੇ ਰਹਿਣ ਵਾਲੀ ਗੱਲ ਨਹੀਂ ਕਿ ਅਸੀਂ ਉਹ ਪੂਰੀ ਨਹੀਂ ਕਰਾਂਗੇ, ਬਿਲਕੁਲ ਪੂਰੀ ਕਰਾਂਗੇ। ਔਰ ਮਹਿਲਾਵਾਂ ਨੂੰ ਜੇ ਲੱਗਦਾ ਕਿ ਕੋਈ ਡਾਊਟ ਹੈ ਤਾਂ ਉਹ ਆਪ ਹੀ ਦੇਖ ਲੈਣੀ ਆ ਇਸ ਸਾਲ ਦੇ ਵਿੱਚ ਕਿਸ ਤਰ੍ਹਾਂ ਮਾਨ ਸਾਹਿਬ ਸਮਝੇ ਕਿ 2024 ਦੇ ਵਿੱਚ ਮਹਿਲਾਵਾਂ ਨੂੰ ਤੋਹਫਾ ਦੇਣ ਜਾ ਰਹੀ ਮਾਨ ਸਾਹਿਬ। ਬਿਲਕੁਲ ਜੀ ਬਿਲਕੁਲ, ਮਾਨ ਸਾਹਿਬ ਨੇ ਪਹਿਲਾਂ ਵੀ ਐਲਾਨ ਕੀਤਾ ਕਿ ਅਸੀਂ ਬਹੁਤ ਜਲਦ ਇਹ ਗਰੰਟੀ ਵੀ ਪੂਰੀ ਕਰਾਂਗੇ, ਔਰ ਸਾਨੂੰ ਇਸ ਗੱਲ ਦਾ ਮਾਣ ਵੀ ਹੈ ਕਿ ਮਾਨ ਸਾਹਿਬ ਜਿਹੜੀ ਗੱਲ ਕਰਦੇ ਨੇ ਉਹਦੇ 'ਤੇ ਪੂਰੇ ਉਤਰਦੇ ਆ। ਲਗਾਤਾਰ ਇਸ ਇਲਾਕੇ ਨੂੰ ਜਦੋਂ ਸਮਝੀਏ ਤਾਂ ਅਕਾਲੀ ਦਲ ਦਾ ਗੜ ਰਿਹਾ, ਤੁਹਾਡੀ ਵੇਵ ਚੱਲੀ, ਤੁਹਾਡੇ ਜ਼ਿਆਦਾਤਰ ਵਿਧਾਇਕ ਜਿੱਤ ਕੇ ਆ ਗਏ, ਸਿਰਫ ਅਬੋਹਰ ਨੂੰ ਜੇਕਰ ਛੱਡ ਦਿੱਤਾ ਤਾਂ ਬਾਕੀ ਸਾਰੀਆਂ ਲੋਕ ਸਭਾ ਵਿਧਾਨ ਸਭਾ 'ਤੇ ਤੁਹਾਡੇ ਵਿਧਾਇਕ ਜਿੱਤੇ। ਸੁਖਬੀਰ ਸਿੰਘ ਬਾਦਲ ਬਹੁਤ ਜ਼ੋਰ ਲਾ ਰਹੇ ਹੈਗੇ ਆ, ਉਹ ਆਪਣਾ ਪ੍ਰਚਾਰ ਅਲੱਗ ਤਰੀਕੇ ਦੇ ਨਾਲ ਕਰ ਰਹੇ ਹੈਗੇ, ਉੱਧਰੋਂ ਸ਼ੇਰ ਸਿੰਘ ਪੱਖੋਂ ਆਇਆ ਕਾਂਗਰਸ ਪਾਰਟੀ ਵੱਲੋਂ ਪ੍ਰਚਾਰ ਖੂਬ ਕਰ ਰਹੇ ਹੈਗੇ, ਕਿਸ ਦੇ ਨਾਲ ਟੱਕਰ ਸਮਝਦੇ ਤੁਸੀਂ? ਜ਼ੋਰ ਹਰ ਇੱਕ ਪਾਰਟੀ ਨੇ ਲਾਉਣਾ ਹੁੰਦਾ, ਆਪਣਾ ਆਪਣਾ ਏਜੰਡਾ ਲੈ ਕੇ ਲੋਕਾਂ ਦੇ ਸਾਹਮਣੇ ਜਾਂਦੇ ਨੇ। 2022 'ਚ ਵੀ ਇਹਨਾਂ ਨੇ ਜ਼ੋਰ ਲਾਇਆ ਸੀ ਪਰ ਲੋਕਾਂ ਨੇ ਨਹੀਂ ਕਬੂਲਿਆ, ਲੋਕ ਦੇਖ ਚੁੱਕੇ ਨੇ, ਔਰ ਇੱਕ ਵਾਰ ਨਹੀਂ ਬਹੁਤ ਵਾਰ ਦੇਖ ਚੁੱਕੇ ਨੇ ਕਿ ਇਹਨਾਂ ਦੇ ਕਿੰਨੇ ਕੁ ਇਹ ਲੋਕਾਂ ਦੇ ਪ੍ਰਤੀ ਇਮਾਨਦਾਰ ਰਹੇ ਨੇ। ਔਰ ਜੇ ਕੰਪੀਟੀਸ਼ਨ ਦੀ ਗੱਲ ਕਰੀਏ, ਮੈਨੂੰ ਨਹੀਂ ਲੱਗਦਾ ਕਿ ਜਿੰਨੇ ਕੰਮ ਮਾਨ ਸਾਹਿਬ ਨੇ, ਮਾਨ ਸਰਕਾਰ ਨੇ ਪਹਿਲੇ 2 ਸਾਲਾਂ 'ਚ ਕੀਤੇ ਆ ਔਰ ਬਹੁਤ ਤੇਜ਼ੀ ਨਾਲ ਕੀਤੇ ਆ, ਕਿਸੇ ਵੀ ਸਰਕਾਰ ਨੇ ਇਸ ਤਰ੍ਹਾਂ ਕੀਤਾ ਹੋਵੇ, ਜੇ ਭਾਵੇਂ ਨੌਕਰੀਆਂ ਦੀ ਗੱਲ ਕਰ ਲਓ, ਭਾਵੇਂ ਹਸਪਤਾਲਾਂ ਕਾਲਜਾਂ ਦੀ ਗੱਲ ਕਰ ਲਓ। ਸੋ ਉਹ ਕੰਪੈਰੀਜ਼ਨ ਅਸੀਂ ਲੋਕਾਂ ਦੇ ਸਾਹਮਣੇ ਪ੍ਰਤੱਖ ਰੂਪ 'ਚ ਰੱਖਦੇ ਹਾਂ, ਔਰ ਇਸ ਕੰਮਾਂ ਦਾ ਮੁਕਾਬਲਾ ਕਰੋ ਤਾਂ ਸਾਡੇ ਮੁਕਾਬਲੇ ਕੋਈ ਵੀ ਕੰਪੀਟੀਸ਼ਨ 'ਚ ਨਹੀਂ ਹੈ, ਆਮ ਆਦਮੀ ਪਾਰਟੀ ਸਭ ਤੋਂ ਅੱਗੇ ਆ। ਲੋਕਾਂ ਦੇ ਵਿੱਚ ਤਾਂ ਜਾ ਰਹੇ ਹੈਗੇ, ਕੋਈ ਨਾਰਾਜ਼ਗੀ ਨਜ਼ਰ ਆਉਂਦੀ ਲੋਕਾਂ 'ਚ ਸਰਕਾਰ ਨੂੰ ਲੈ ਕੇ? ਸਰਕਾਰ ਨੂੰ ਲੈ ਕੇ ਕੋਈ ਨਾਰਾਜ਼ਗੀ ਨਹੀਂ ਹੁੰਦੀ, ਕਈ ਵਾਰੀ ਲੋਕਾਂ ਨੂੰ ਇਹ ਹੁੰਦਾ ਕਿ ਸਾਡੇ ਕੋਈ ਪਰਸਨਲ ਕੰਮ, ਨਿੱਜੀ ਕੰਮ ਨਹੀਂ ਹੋਏ ਜਾਂ ਇਸ ਤਰ੍ਹਾਂ, ਉਹ ਮਨਾਂ ਦੇ ਵਿੱਚ ਛੋਟੇ ਮੋਟੇ ਰੋਸ ਹੁੰਦੇ, ਉਹ ਚੱਲਦੇ ਰਹਿੰਦੇ ਨੇ, ਉਹਦੇ ਵਿੱਚ ਅਸੀਂ ਕਦੇ ਲੋਕਾਂ ਨੂੰ ਨਾਰਾਜ਼ ਵੀ ਨਹੀਂ ਕਰਦੇ, ਜਿਹਦਾ ਕੋਈ ਕੰਮ ਰਹਿੰਦਾ ਕਰਵਾ ਵੀ ਦਿੰਦੇ। ਕਈ ਵਾਰੀ ਆਦਤ ਵੀ ਪਈ ਹੁੰਦੀ ਹੈ ਨਾ ਕਿ ਪੁਰਾਣੀਆਂ ਸਰਕਾਰਾਂ ਕਿਵੇਂ ਧੱਕੇ ਨਾਲ ਗਲਤ ਕੰਮ ਵੀ ਕਰਾਉਂਦੀਆਂ ਸੀ, ਸੋ ਉਹਦੇ 'ਤੇ ਥੋੜ੍ਹੇ ਜਿਹੇ ਲੋਕ ਸਾਡੇ ਨਾਲ ਨਾਰਾਜ਼ ਹੋ ਜਾਂਦੇ ਆ, ਪਰ ਅਸੀਂ ਕਦੇ ਵੀ ਕੋਈ ਗਲਤ ਕੰਮ ਲਈ, ਚਾਹੇ ਤੁਸੀਂ ਨਸ਼ਿਆਂ ਦੀ ਗੱਲ ਕਰ ਲਓ, ਚਾਹੇ ਤੁਸੀਂ
ਹੋਰ ਕੋਈ ਇਸ ਤਰ੍ਹਾਂ ਦੇ ਇਲੀਗਲ ਐਲੀਮੈਂਟਸ ਦੀ ਗੱਲ ਕਰ ਲਓ। ਸੋ ਉਸ ਕੰਮ ਲਈ ਅਸੀਂ ਲੋਕਾਂ ਨੂੰ ਸਾਫ਼ ਤੌਰ 'ਤੇ ਕਹਿੰਦੇ ਹਾਂ ਕਿ ਅਸੀਂ ਗਲਤ ਕੰਮ ਲਈ ਸਿਫਾਰਿਸ਼ ਨਹੀਂ ਕਰਾਂਗੇ, ਚਾਹੇ ਲੋਕ ਨਾਰਾਜ਼ ਵੀ ਹੋ ਜਾਣ। ਨਸ਼ੇ ਦਾ ਤੁਸੀਂ ਜ਼ਿਕਰ ਕੀਤਾ, ਨਸ਼ਾ ਹਜੇ ਵੀ ਮੈਂ ਕੱਲ੍ਹ ਡਿਬੇਟ ਕਰ ਰਿਹਾ ਸੀ, ਉਸਦੇ ਵਿੱਚ ਕਈ ਲੋਕਾਂ ਨੇ ਨਸ਼ੇ ਨੂੰ ਲੈ ਕੇ ਸਵਾਲ ਖੜੇ ਕੀਤੇ ਕਿ ਨਸ਼ਾ ਖਤਮ ਕਿਉਂ ਨਹੀਂ ਹੋ ਪਾ ਰਿਹਾ, ਕੀ ਸਮੱਸਿਆ ਆ ਰਹੀ, ਦਿੱਕਤ ਕਿੱਥੇ ਆ ਰਹੀ ਹੈ? ਦੇਖੋ, ਇਹ ਬਹੁਤ ਲੰਬੇ ਸਮੇਂ ਤੋਂ ਚੱਲੀ ਆ ਰਹੀ, ਕਹਿ ਲਓ ਕਿ ਜੜ੍ਹਾਂ 'ਚ ਫਸ ਗਈ ਇੱਕ ਬਿਮਾਰੀ ਹੈ। ਉਹਦੇ ਵਿੱਚ ਜਿਹੜਾ ਬਹੁਤੀ ਕੈਟਾਗਰੀ ਆ ਜਾਂਦੀ, ਸਾਡੇ ਪੇਸ਼ੈਂਟ ਜਿਹੜੇ ਆ, ਉਹ ਪੇਸ਼ੈਂਟ ਨੂੰ ਵੀ ਜਿਵੇਂ ਹਸਪਤਾਲਾਂ ਦੇ ਵਿੱਚ ਗੋਲੀਆਂ ਲਾ ਦਿੰਦੇ ਆ, ਤਾਂ ਉਹ ਵੀ ਇੱਕ ਨਸ਼ਾ ਹੀ ਹੈ। ਜੇ ਅਸੀਂ ਇੱਕਦਮ ਛਡਾਉਂਦੇ ਹਾਂ ਤਾਂ ਉਹਨਾਂ 'ਚ ਕਿ ਸਿੰਡਰਮ ਆਉਣ ਲੱਗ ਜਾਂਦੇ, ਸਿਮਟਮ ਆਉਣ ਲੱਗ ਜਾਂਦੇ, ਵਿਦਡਰੋਲ ਸਿਮਟਮ। ਸੋ ਉਸ ਚੀਜ਼ ਨੂੰ ਹੌਲੀ ਹੌਲੀ ਟੇਪਰ ਆਫ ਕਰਕੇ ਲੋਕਾਂ 'ਚੋਂ ਕੱਢਣਾ, ਉਹ ਇੱਕ ਟਾਈਮ ਵਾਲਾ ਪ੍ਰੋਸੈਸ ਹੈ, ਥੋੜ੍ਹਾ ਟਾਈਮ ਤਾਂ ਲੱਗੇਗਾ। ਪਰ ਜਿੰਨੇ ਐਕਸ਼ਨ ਜਾਂ ਜਿੰਨੇ ਕਹਿ ਲਓ ਕਿ ਇਹਨਾਂ ਦੇ ਖਿਲਾਫ਼ ਕਾਰਵਾਈਆਂ ਕੀਤੀਆਂ ਗਈਆਂ, ਫੜੇ ਗਏ ਲੋਕ, ਉਹਦੇ 'ਚ ਮੈਨੂੰ ਨਹੀਂ ਲੱਗਦਾ ਕਿ ਮਾਨ ਸਰਕਾਰ ਤੋਂ ਪਹਿਲਾਂ ਕੋਈ ਐਡੀ ਵੱਡੀ ਕਾਰਵਾਈਆਂ ਹੋਈਆਂ ਸੀ। ਕੁਛ ਕਾਨੂੰਨਾਂ 'ਚ ਅਮੈਂਡਮੈਂਟ ਦੀ ਲੋੜ ਹੈ ਕਿ ਥੋੜ੍ਹੀ ਅਮਾਊਂਟ ਹੈ, ਫੜਿਆ ਗਿਆ ਫਿਰ ਛੁੱਟ ਗਿਆ। ਸੋ ਉਹਦੇ ਵਿੱਚ ਫਿਰ ਉੱਥੇ ਹੀ ਗੱਲ ਆ ਜਾਂਦੀ ਹੈ ਕਿ ਪਾਰਲੀਮੈਂਟ ਦੇ ਵਿੱਚ ਜਿੱਥੇ ਆਪਾਂ ਕਹੀਏ ਕਿ ਕਾਨੂੰਨ ਬਣਾਏ ਜਾਂਦੇ ਨੇ, ਸੋ ਉੱਥੇ ਇਹ ਆਵਾਜ਼ ਵੀ ਉਠਾਉਣੀ ਪਏਗੀ ਕਿ ਜੇ ਥੋੜ੍ਹੀ ਅਮਾਊਂਟ ਹੈ, ਫੜ ਲਿਆ ਛੱਡ ਤਾ, ਉਹ ਸਾਰੇ ਦੇ ਅਗੇਂਸਟ ਇੱਕ ਸਟ੍ਰਿਕਟ ਕਾਰਵਾਈ ਕਰਨ ਦੀ। ਇੱਕ ਤਾਲਮੇਲ ਦਾ ਵੀ ਲੱਗਦਾ, ਕਿਉਂਕਿ ਕਈ ਵਾਰੀ ਸਵਾਲ ਖੜੇ ਹੁੰਦੇ ਆ ਕਿ ਜਿਹੜੇ ਲੋਕਲ ਮੁਲਾਜ਼ਮ ਹੁੰਦੇ ਆ, ਸਰਕਾਰੀ ਮੁਲਾਜ਼ਮ ਹੁੰਦੇ ਆ, SHO ਹੁੰਦੇ ਆ, DSP ਹੁੰਦੇ ਆ, ਕਿਤੇ ਨਾ ਕਿਤੇ ਉਸ ਲੈਵਲ 'ਤੇ ਸਾਰੀਆਂ ਚੀਜ਼ਾਂ ਹੁੰਦੀਆਂ, ਬੇਸ਼ੱਕ ਉੱਪਰੋਂ ਆਰਡਰ ਆਣ ਕੇ ਸਖਤੀ ਦੇ ਨਾਲ ਲਾਗੂ ਕੀਤਾ, ਜ਼ਮੀਨ 'ਤੇ ਚੀਜ਼ਾਂ ਲਾਗੂ ਨਹੀਂ ਹੁੰਦੀਆਂ। ਕੀ ਇਹ ਸਮੱਸਿਆ ਆ ਰਹੀ ਹੈ ਵਾਕਈ ਗਰਾਊਂਡ 'ਤੇ? ਆਦਤਾਂ ਪਈਆਂ ਹੋਈਆਂ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਜੇ ਅਸੀਂ ਕਰਪਸ਼ਨ ਨੂੰ ਖਤਮ ਕਰਨ ਦੀ ਗੱਲ ਕਰਦੇ ਹਾਂ ਜਾਂ ਨਸ਼ੇ ਨੂੰ ਖਤਮ ਕਰਨ ਦੀ ਗੱਲ ਕਰ ਲਈਏ, ਤਾਂ ਬਿਲਕੁਲ ਪੈਰੀਫਰੀ 'ਤੇ ਜਾ ਕੇ ਜਾਂ ਟੈਰੀਟਰੀਜ਼ 'ਚ ਵੜ ਜਾਓ ਤਾਂ ਉਹਨਾਂ ਦੀਆਂ ਜਿਹੜੀਆਂ ਆਦਤਾਂ ਹੌਲੀ ਹੌਲੀ ਛੁੱਟਣਗੀਆਂ। ਇਹ ਤੁਹਾਡੀ ਗੱਲ 'ਚ ਸੱਚਾਈ ਵੀ ਹੈ ਕਿ ਥੱਲੜੇ ਲੈਵਲ 'ਤੇ ਜਾ ਕੇ ਇਹ ਕੰਮ 'ਚ ਕਿਤੇ ਸਾਥ ਵੀ ਦਿੱਤਾ ਜਾਂਦਾ, ਹੋ ਸਕਦਾ। ਸੋ ਉਸ ਚੀਜ਼ ਨੂੰ ਵੀ ਖਤਮ ਕਰਨ ਲਈ ਬਹੁਤ ਜ਼ਿਆਦਾ ਮੈਂ ਸਮਝਾਂਗੀ ਕਿ ਸਟ੍ਰਿਕਟਨੈਸ ਦੀ ਲੋੜ ਹੈ। ਸੋ ਇਹ ਸਾਰਾ ਇੱਕ ਚੱਕਰ ਵੀ ਹੋਇਆ ਜਿਹਨੂੰ ਤੋੜਨ ਦੇ ਲਈ ਮਤਲਬ ਲਗਾਤਾਰ ਸਾਨੂੰ ਉਹਦੇ 'ਤੇ ਸਟ੍ਰਾਈਕ ਕਰਨਾ ਪਊਗਾ। ਜੋ ਸਾਨੂੰ ਸੁਣਨ ਨੂੰ ਮਿਲਦਾ ਕਿ ਹਜੇ ਵੀ ਕਾਂਗਰਸੀ ਅਕਾਲੀਆਂ ਦਾ ਦਬਦਬਾ ਕਈ ਥਾਵਾਂ 'ਤੇ ਥਾਣਿਆਂ ਦੇ ਵਿੱਚ ਉਸੇ ਤਰ੍ਹਾਂ ਬਰਕਰਾਰ ਰਹਿੰਦਾ ਹੈਗਾ, ਕੀ ਸਮਝਦੇ ਹੋ ਕਿ ਉਹ ਸਿਸਟਮ ਦੇ ਵਿੱਚ ਬੈਠ ਚੁੱਕਿਆ ਹੈਗਾ ਸਾਰੀ ਚੀਜ਼ਾਂ? ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਕਿਉਂਕਿ ਜਦੋਂ ਕੋਈ ਗਲਤ ਕੰਮ ਲਈ ਸਾਡੇ ਕੋਲ ਆਉਂਦਾ ਹੈ ਅਸੀਂ ਮਨ੍ਹਾ ਕਰਾਂਗੇ, ਤਾਂ ਉਹ ਕਹਿੰਗੇ ਜੀ ਅਸੀਂ ਤਾਂ ਉਹ ਫਲਾਨੇ ਅਕਾਲੀ ਤੋਂ ਕਰਾ ਲਿਆ ਸੀ, ਉਹਨੇ ਤਾਂ ਕਰਾ ਦਿੱਤਾ। ਸੋ ਇਹ ਪੁਲਿਸ ਡਿਪਾਰਟਮੈਂਟ ਹੋ ਜਾਵੇ ਜਾਂ ਕੋਈ ਵੀ ਡਿਪਾਰਟਮੈਂਟ ਹੋ ਜਾਵੇ ਜਾਂ ਉਹਨਾਂ ਦੇ ਇਸ ਤਰ੍ਹਾਂ ਲਿੰਕ ਬਣੇ ਹੋਏ ਆ ਵੀ ਉਹ ਇੱਕ ਹਿਸਾਬ ਨਾਲ ਵੀ ਲੀਡਰ ਜਿਹੜਾ ਗਲਤ ਕੰਮ ਕਰਾਉਂਦਾ ਉਹਦੇ ਨਾਲ ਉਹ ਅਟੈਚ ਹੋਏ ਹੋਏ ਆ। ਸੋ ਉਹ ਜਿਹੜੀ ਅਟੈਚਮੈਂਟ ਆ ਉਹ ਤੋੜਨੀ ਬਹੁਤ ਜ਼ਰੂਰੀ ਹੈ। ਉਹਦੇ ਲਈ ਕਰਾਂਗੇ ਅਸੀਂ ਔਰ ਮਾਨ ਸਾਹਿਬ ਕਰ ਵੀ ਰਹੇ ਨੇ, ਸਖ਼ਤ ਕਾਰਵਾਈਆਂ ਹੋਣਗੀਆਂ। ਮੇਰਾ ਆਖਰੀ ਸਵਾਲ, ਮਲੋਟ ਵਾਸਤੇ ਆਉਣ ਵਾਲੇ ਸਮੇਂ 'ਚ ਕਿਹੜੇ ਵੱਡੇ ਪ੍ਰੋਜੈਕਟ ਆ ਰਹੇ ਹੈ? ਕਿਉਂਕਿ ਇਸ ਇਲਾਕੇ ਦੇ ਵਿੱਚ ਜੇਕਰ ਦੇਖਿਆ ਜਾਵੇ ਕੋਈ ਯੂਨੀਵਰਸਿਟੀ, ਕੋਈ ਵੱਡਾ ਕਾਲਜ, ਅਜਿਹਾ ਅਦਾਰਾ ਨਹੀਂ ਹੈਗਾ, ਇੱਥੇ ਨਜ਼ਰ ਨਹੀਂ ਆਉਂਦਾ। ਮੈਂ ਮਾਨ ਸਾਹਿਬ ਨੂੰ ਰਿਕੁਐਸਟ ਵੀ ਕਰਾਂਗੀ ਕਿ ਮਲੋਟ ਲਈ ਕੋਈ ਅੱਛਾ ਐਜੂਕੇਸ਼ਨਲ ਇੰਸਟੀਚਿਊਟ ਉਹ ਦੇ ਕੇ ਜਾਣ। ਬਾਕੀ ਉਹਨਾਂ 'ਤੇ ਆ ਵੀ ਉਹ ਸਾਨੂੰ ਕੀ ਦਿੰਦੇ ਆ। ਹੋਰ ਬਹੁਤ ਸਾਰੀਆਂ ਕਮੀਆਂ ਮਲੋਟ ਦੇ ਵਿੱਚ, ਸਰਕਾਰੀ ਬੱਸ ਅੱਡਾ ਹੈ ਨਹੀਂ ਹਲੇ ਤੱਕ, ਉਹਦੇ ਲਈ ਵੀ ਮਾਨ ਸਾਹਿਬ ਨੂੰ ਰਿਕੁਐਸਟ ਕਰਾਂਗੇ ਕਿ ਸਾਨੂੰ ਦੇ ਕੇ ਜਾਣ। ਬਾਕੀ ਇਹਦੀ ਕੋਈ ਲਿਮਿਟ ਨਹੀਂ ਹੈ, ਜਿਸ ਤਰ੍ਹਾਂ ਲੋਕ ਫੀਡਬੈਕ ਦਿੰਦੇ ਨੇ ਜੀ ਸਾਨੂੰ ਹੁਣ ਆਹ ਚਾਹੀਦਾ ਜਾਂ ਸਾਡੀਆਂ ਆਹ ਪ੍ਰੋਬਲਮ ਨੇ, ਅਸੀਂ ਲੱਗੇ ਰਹਾਂਗੇ, ਚਾਹੇ ਉਹ ਵੱਡੇ ਪ੍ਰੋਜੈਕਟ ਹੈ ਚਾਹੇ ਛੋਟੇ ਪ੍ਰੋਜੈਕਟ ਹੈ, ਸਾਡੀ ਮਿਹਨਤ 'ਚ ਕਦੇ ਕਮੀ ਨਹੀਂ ਆਊਗੀ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਅਤੇ ਸਨ ਮੰਤਰੀ ਬਲਜੀਤ ਕੌਰ ਜੋ ਔਰਤਾਂ ਨੂੰ ਕਹਿ ਰਹੇ ਆ ਕਿ ਇਸ ਸਾਲ 2024 ਦੇ ਵਿੱਚ ਔਰਤਾਂ ਦੇਖ ਲੈਣਗੀਆਂ
ਉਹਨਾਂ ਦੇ ਖਾਤਿਆਂ ਦੇ ਵਿੱਚ ਅਮਾਊਂਟ ਕਿਸ ਤਰ੍ਹਾਂ ਆਊਗੀ, ਅਤੇ ਨਾਲ ਦੀ ਨਾਲ ਜਿਹੜੀਆਂ ਫਾਈਲਾਂ ਜਾ ਚੁੱਕੀਆਂ ਸਿਸਟਮ ਦੇ ਵਿੱਚ, ਕੁਛ ਰੂਟ ਕੋਜ਼ ਜਿਹੜੇ ਆਪਾਂ ਕੀ ਬਿਮਾਰੀਆਂ ਬਣ ਕੇ ਬੈਠ ਗਈਆਂ ਉਹਨਾਂ ਨੂੰ ਸਮਾਂ ਲੱਗੂਗਾ, ਹੌਲੀ ਹੌਲੀ ਅਸੀਂ ਉਸ ਨੂੰ ਕਹਿੰਦੇ ਟੈਕਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕੈਮਰਾ ਪਰਸਨ ਸਿੰਘ ਸੁਰਿੰਦਰ ਦੇ ਨਾਲ ਆਸ਼ੂ ਅਨੇਜਾ, ਲਿਵਿੰਗ ਇੰਡੀਆ ਨਿਊਜ਼, ਮਲੋਟ।